ਚਾਹੇ ਨਵਜੋਤ ਸਿੰਘ ਸਿੱਧੂ ਨੇ ਜੇਕਰ ਉਹਨਾਂ ਨੇ ਕੰਮ ਕੀਤਾ ਤਾਂ ਮੈਂ ਸਮਝਦਾ ਕਿ ਉਹਨਾਂ ਦਾ ਸਨਮਾਨ ਹੋਊਗਾ ਤੇ ਇਹਦੇ ਵਿੱਚ ਕਿਸੇ ਨੂੰ ਕੀ ਉਹ ਖੈਈ ਦੀ ਗੱਲ ਆ ਕਿਉਂ ਕਿਸੇ ਦੇ ਢਿੱਡ ਪੀੜ ਹੁੰਦੀ ਹੈਗੀ ਸਸਦ ਦੇ ਵਿੱਚ ਬਾਹਰ ਆ ਕੇ ਜਿਹੜਾ ਹੈਗਾ ਆਪਣੀ ਸਟੇਜਾਂ ਲਾ ਕੇ ਲੜ ਲੈਣਾ ਆਪਣੀਆਂ ਗੱਲਾਂ ਕਰ ਲੈਣਾ ਔਰ ਉਹਨਾਂ ਸਟੇਜਾਂ ਤੋਂ ਮੈਂ ਸਮਝਦਾ ਕੋਈ ਸਿਆਸਤ ਬਾਰੇ ਗੱਲਬਾਤ ਨਹੀਂ ਹੋਣੀ ਚਾਹੀਦੀ ਕਿ ਆਜਿਪੀਸੀ ਜਿਹੜੀ ਆ ਉਹ ਇਸ ਸਮੇਂ ਬਾਦਲ ਪਰਿਵਾਰ ਦੀ ਘਟਪਤਲੀ ਬਣੀ ਹੋਈ ਆ ਔਰ ਬਾਦਲ ਪਰਿਵਾਰ ਜਿਹੜਾ ਹੈਗਾ 100% ਮਸਜੂਜ਼ ਕਰ ਰਿਹਾ ਕਨਦਲ ਭੀਜਪੀ ਇਹ ਦੇਖ ਰਹੀ ਹੈ ਕਿ ਕੌਣ ਸਿੱਖਾ ਕੌਣ ਸਿੱਖ ਨਹੀਂ ਕੌਣ ਜਿਹੜਾ ਹੈਗਾ ਅਕਾਲੀ ਦਲ ਨੂੰ ਮੰਨਦਾ ਹੈਗਾ ਕੌਣ ਅਕਾਲੀ ਦਲ ਨੂੰ ਨਹੀਂ ਮੰਨਦਾ ਇੱਕ ਪਾਸੇ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਦੂਜੇ ਪਾਸੇ ਕਿਸਾਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਫਾਈਨ ਇੰਪੋਜ਼ ਕਰ ਰਹੀ ਹੈ ਉਹਨਾਂ ਤੇ ਜਿਹੜੀ ਪਰਚੇ ਦਰਜ ਕਰ ਰਹੀ ਹੈ ਪੰਜਾਬ ਸਰਕਾਰ ਦੋਸ਼ੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਪਣੀ ਖੇਤੀ ਦੀ ਕੋਈ ਨੀਤੀ ਨਹੀਂ ਹੈਗੀ ਪੰਜਾਬ ਸਰਕਾਰ ਖੇਤੀ ਦੀ ਨੀਤੀ ਬਣਾਵੇ ਫਿਰ ਜਾ ਕੇ ਕਿਸਾਨ ਨੂੰ ਦੋਸ਼ੀ ਕਹੇ ਕਿਤੇ 1 ਕਰੋੜ ਰੁਪਈਆ ਕਿਤੇ 50 ਲੱਖ ਰੁਪਈਆ ਤੋਂ 50 ਲੱਖ ਨਾਲ ਜਾਂ 1 ਕਰੋੜ ਰੁਪਈਆ ਦਾ ਇੱਕ ਡਿਸਟ੍ਰਿਕਟ ਦਾ ਨਹੀਂ ਸਰਦਾ ਉਹਨੂੰ ਇਸ ਮਾਹੌਲ 'ਚ ਭੇਜਿਆ ਜਾ ਰਿਹਾ ਧੱਕਿਆ ਜਾ ਰਿਹਾ ਤਾਂ ਕਿ ਉਹ ਜਿਹੜਾ ਹੈਗਾ ਅੱਗ ਲਾਉਣ ਲਈ ਮਜਬੂਰ ਹੋਵੇ ਪਰਾਲੀ ਨੂੰ ਜਿਹੜੇ ਵੀ ਡਿਪਾਰਟਮੈਂਟ ਦੇ ਮੁਖੀ ਨੇ ਸੀਐਮ ਸਾਹਿਬ ਹਰੇਕ ਡਿਪਾਰਟਮੈਂਟ 'ਚ ਫੇਲ ਹੋ ਰਹੇ ਨੇ ਕਿ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਇਸ ਵਕਤ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤਿਉਹਾਰਾਂ ਦੇ ਸੀਜ਼ਨ ਵੀ ਚੱਲ ਰਹੇ ਨੇ ਤੇ ਦੂਜੇ ਪਾਸੇ ਝੋਨੇ ਦੀ ਕਟਾਈ ਹੋ ਕੇ ਹਟੀ ਹੈ ਤੇ ਉਸ ਦੀ ਜਿਹੜੀ ਰਹਿਤ ਖੁੰਦਾ ਉਹਨੂੰ ਅੱਗ ਲਗਾਈ ਜਾ ਰਹੀ ਹੈ ਤੇ ਇੱਥੇ ਹੁਣ ਇਲਜ਼ਾਮ ਲੱਗ ਰਹੇ ਨੇ ਕਿਤਨਾ ਕਿਤੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਸਹੀ ਤਰ੍ਹਾਂ ਦੇ ਨਾਲ ਜਿਹੜੀ ਪਰਾਲੀ ਨੂੰ ਅੱਗ ਲਗਾਈ ਜਾਣੀ ਸੀ ਉਹ ਤੇ ਕਾਬੂ ਨਹੀਂ ਪਾਇਆ ਗਿਆ ਜਿਹੜੀ ਪ੍ਰਕਿਰਿਆ ਹੋਣੀ ਚਾਹੀਦੀ ਸੀ ਨਹੀਂ ਕਾਬੂ ਪਾਇਆ ਗਿਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਇਹਨਾਂ ਤੋਂ ਜਾਣ ਲੈਨੇ ਆ ਕਿ ਇਹਨਾਂ ਦਾ ਇਸ ਪੱਖ ਤੇ ਕੀ ਸਟੈਂਡ ਆ ਸਰ ਦਿੱਲੀ ਦੇ ਵਿੱਚ ਤੁਹਾਡੀ ਪਾਰਟੀ ਜਿਹੜੀ ਆ ਵਿਰੋਧ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਮ ਕੱਸਣੀ ਚਾਹੀਦੀ ਸੀ ਨਹੀਂ ਕਸੀ ਗਈ ਇਸ ਕਰਕੇ ਸਾਡਾ ਨੁਕਸਾਨ ਹੋ ਰਿਹਾ ਤੁਸੀਂ ਇਹਦੇ ਬਾਰੇ ਕੀ ਦਿਓ ਲਗਾਮ ਕਸਣ ਦੀ ਗੱਲ ਨਹੀਂ ਹੈ ਕਿ ਗੱਲ ਬੜੀ ਸਪਸ਼ਟ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜੇ ਆਰਡਰ ਪਾਸ ਕੀਤੇ ਸੀਗੇ ਜਿਹੜੇ ਕਿਹਾ ਸੀਗਾ ਜੇਕਰ ਕਿਸਾਨ ਦੀ ਜੇ ਤੁਸੀਂ ਮਸ਼ੀਨਰੀ ਨਹੀਂ ਦੇ ਸਕਦੀ ਸਟੇਟ ਤਾਂ ਦੋ ਘਟੋ ਘਟ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ ਕਿਸਾਨ ਨੂੰ ਸਰਕਾਰ ਭੱਜ ਰਹੀ ਆ ਪੰਜਾਬ ਸਰਕਾਰ ਭੱਜ ਰਹੀ ਆ ਹਰਿਆਣਾ ਦੀ ਸਰਕਾਰ ਭੱਜ ਰਹੀ ਆ ਕੇਂਦਰ ਸਰਕਾਰ ਭੱਜ ਰਹੀ ਆ ਇਹ ਤਿੰਨੇ ਸਰਕਾਰਾਂ ਨੂੰ ਕੰਪੈਲ ਕਰ ਲਈ ਆ ਆਮ ਆਦਮੀ ਪਾਰਟੀ ਤਰਨ ਦੇ ਰਹੀ ਹੈ ਸਰਕਾਰਾਂ ਭੱਜ ਰਹੀਆਂ ਨਹੀਂ ਗਈਆਂ ਇਸ ਦੇ ਵਿੱਚ ਕਿਸਾਨ ਦਾ ਕਿਸਦਾ ਕੋਈ ਦੋਸ਼ ਨਹੀਂ ਹੈਗਾ ਸਰਕਾਰਾਂ ਦਾ ਦੋਸ਼ ਹੈ ਸਰਕਾਰਾਂ ਜਿਹੜੀਆਂ ਹੈਗੀਆਂ ਨਗੀਆਂ ਉਹ ਆਪਣੇ ਜਿਹੜੇ नेशनेल ग्रीन ट्रिब्यूनल ਦਾ ਆਰਡਰ ਐਮਪਲਾਈ ਨੂੰ ਲਾਗੂ ਕਰਨ ਤੋਂ ਪਹਜ ਰਹੀਆਂ ਨੇ ਸੋ ਇਸੇ ਗੱਲ ਕਰਕੇ ਧਰਨਾ ਦੇ ਰਹੇ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਸ਼ੀਨਰੀ ਦਿਓ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਮਸ਼ੀਨਰੀ ਦਿਓ ਉਹਨਾਂ ਨੂੰ ਜਿਆਦਾ 200 ਰੁਪਏ ਪ੍ਰਤੀ ਕੌਂਸਲ ਮੁਆਵਜ਼ਾ ਦਿਓ ਤਾਂ ਜਾ ਕੇ ਜਿਹੜਾ ਹੈਗਾ ਉਹ ਆਪਣੀ ਇਸ ਸਮੱਸਿਆ ਤੋਂ ਨਜਾਤ ਪਾ ਸਕਣ ਪਰ ਲੇਕਿਨ ਪੰਜਾਬ ਸਰਕਾਰ ਜਾਣ ਬੁੱਝ ਕੇ ਕੇਂਦਰ ਸਰਕਾਰ ਜਾਣ ਬੁੱਝ ਕੇ ਬੀਜੇਪੀ ਜਿਹੜੀ ਸਰਕਾਰ ਹੈ ਉਹ ਜਾਣ ਬੁੱਝ ਕੇ ਜਾਂ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਨੇਗੇ ਹੁਣ ਇਹ ਪ੍ਰਦੂਸ਼ਣ ਵੱਡੀ ਸਮੱਸਿਆ ਆ ਸੀ ਜਦੋਂ ਕਾਨ ਸਿੰਘ ਪੰਨਹੋਣਾ ਨਾਲ ਗੱਲ ਕੀਤੀ ਉਹਨਾਂ ਨੇ ਇੱਕ ਕਹਿੰਦੇ ਸੀ ਅਸੀਂ ਕਿਸਾਨਾਂ ਤੱਕ ਪਹੁੰਚ ਕਰਕੇ ਕਈ ਵੀ ਤਰਕ ਕੱਢਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕਿਸਾਨਾਂ ਜਿਹੜੇ ਠੇਕੇ ਤੇ ਜ਼ਮੀਨ ਲੈਂਦੇ ਆ ਉਹਨਾਂ ਨੂੰ ਕਹਿ ਦਵਾਂਗੇ ਆਪਣੇ ਵੱਲੋਂ 2000 ਰੁਪਏ ਘੱਟ ਠੇਕਾ ਲੈ ਲਓ ਤਾਂ ਜੋ ਉਹ ਵੀ ਪੈਸੇ ਕਿਸਾਨ ਨੂੰ ਬਚ ਜਾਣ ਇਦਾਂ ਦੀਆਂ ਸਕੀਮਾਂ ਤੁਹਾਨੂੰ ਕੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੋ ਰਹੀ ਆ ਆਪਣੇ ਵੱਲੋਂ ਸਰਕਾਰ ਕੁਝ ਨਹੀਂ ਕਰ ਰਹੀ ਤੁਹਾਡਾ ਦੇਖੋ ਸਰਕਾਰ ਨੂੰ ਚਾਹੀਦਾ ਜਿਹੜਾ ਨੈਸ਼ਨਲ ਗ੍ਰੀਨ ਟਰਮੀਨਲ ਆ ਉਹਦਾ ਆਰਡਰ ਲਾਗੂ ਕਰੇ ਜੇਕਰ ਉਹਦਾ ਆਰਡਰ ਇੰਪਲੀ ਕਰਨ ਇੰਮਿਨ ਕਰਨ ਲੱਗੋ ਉਹਨੂੰ ਤੇ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦੇ ਕਿਸੇ ਕਿਸਾਨ ਨੇ ਜਿਹੜਾ ਚ ਉਹਨੂੰ ਪਰਾਲੀ ਨੂੰ ਅੱਗੇ ਨਹੀਂ ਲਾਉਣੀ ਹੈਗੀ ਸੋ ਇਹ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਕਾਂ ਸਿੰਘ ਪਨੂਰੀ ਐਵੇਂ ਹੀ ਮੈਂ ਸਮਝਦਾ ਇਸ ਤਰ੍ਹਾਂ ਉਸ ਜਿਹੜੇ ਹੈਗੇ ਜਵਾਬ ਦੇ ਰਹੇ ਜਿਹਨਾਂ ਦਾ ਕੋਈ ਤੁਕ ਨਹੀਂ ਬਣਦਾ ਹੈਗਾ ਪੰਜਾਬ ਸਰਕਾਰ ਜਿੱਥੇ ਇੱਥੇ ਕੋਈ ਮਸ਼ੀਨਰੀ ਲੋੜਾ ਭੇਜੇ ਕਿਉਂਕਿ ਮੈਂ ਦੇਖਿਆ ਜਿੰਨੇ ਡਿਪਟੀ ਕਮਿਸ਼ਨ ਜਿਹੜਾ ਹੈਗਾ ਉਹਦਾ ਐਸਟੀਮੇਟ ਬਣਾ ਕੇ ਭੇਜਦੇ ਨੇ ਕੋਈ 2500 ਕਰੋੜ ਦਾ ਬਣਾ ਕੇ ਭੇਜਦਾ ਕੋਈ ਹੋਰ ਬਣਾ ਕੇ ਭੇਜਦਾ ਉੱਥੇ ਚਾਦੇ ਕਿੰਨੇ ਨੇ ਕਿ ਕਦਾ ਨਹੀਂ ਸਰਨਾ ਘਟੂ ਘਟ ਜਿੱਥੇ 20 ਲੱਖ ਦੀ ਲੋੜ ਆ 25 ਲੱਖ ਦੀ ਲੋੜ ਆ ਕਰੋੜਾ ਰੁਪਏ ਦੀ ਲੋੜ ਆ ਤਾਂ ਤੁਰੰਤ ਜਿਹੜੀ ਇਹ ਪੰਜਾਬ ਸਰਕਾਰ ਜਾਰੀ ਕਰੇ ਕਿਉਂਕਿ ਸਰਕਾਰ ਜਿਹੜੀ ਹੈ ਕਿ ਜਾਣ ਬੁੱਝ ਕੇ ਮੈਂ ਸਮਝਦਾਗਾ ਜਾਣ ਬੁੱਝ ਕੇ ਜਿਹੜੀ ਨੈਸ਼ਨਲ ਗ੍ਰੇਨ ਟ੍ਰਿਬਿਊਨਲ ਦਾ ਆਰਡਰ ਹੈ ਉਹ ਲਾਗੂ ਨਹੀਂ ਕਰ ਰਹੀ ਹੈ ਤੁਸੀਂ ਵੀ ਚਿਮਨਾ ਸਾਹਿਬ ਗੱਲ ਕਰ ਰਹੇ ਹੋ ਕਿ ਨੈਸ਼ਨਲ ਗ੍ਰੇਨ ਟ੍ਰਿਬਿਊਨਲ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਇਨ ਬਿਨ ਲਾਗੂ ਕਰਨਾ ਚਾਹੀਦਾ ਉਹਨਾਂ ਨੇ ਤਾਂ ਸਾਫ਼ ਤੌਰ ਤੇ ਕਿਹਾ ਕਿ ਜੇ ਮਸ਼ੀਨਰੀ ਨਹੀਂ ਪਹੁੰਚਦੀ ਕਿਸਾਨਾਂ ਤੱਕ ਤਾਂ ਅਸੀਂ ਉਹ ਉਹ ਨਹੀਂ ਕਰ ਸਕਦੇ ਚਲਾਨ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਪਊਗਾ ਜਾਂ ਫਾਈਨ ਨਹੀਂ ਹੋਊਗਾ ਪਰ باوجود ਇਸ ਦੇ ਫਾਈਨ ਵੀ ਹੋ ਰਹੇ ਨੇ ਕਈ ਕਿਸਾਨਾਂ ਤਾਂ ਕਾਰਵਾਈ ਵੀ ਹੋ ਰਹੀ ਹੈ ਦੇਖੋ ਪੰਜਾਬ ਸਰਕਾਰ ਧੱਕੇ ਦੇ ਨਾਲ ਪੰਜਾਬ ਸਰਕਾਰ ਜਿਹੜਾ ਹੈਗਾ ਉਹ ਦਬਾਅ ਬਣਾ ਕੇ ਕਿਸਾਨਾਂ ਨੂੰ ਇਹ ਕਰ ਰਹੀ ਹੈ ਵੀ ਉਹ ਤੇ ਫਾਈਨ ਕਰ ਰਹੀ ਆ ਜੋ ਬਿਲਕੁਲ ਗਲਤ ਆ ਇਹ ਹੋਣਾ ਨਹੀਂ ਚਾਹੀਦਾ ਪੰਜਾਬ ਸਰਕਾਰ ਨੂੰ ਜਿਹੜਾ ਬਣਦਾ ਬੋਨਸ ਆ ਜੇ ਸਰਕਾਰ ਜਿਹੜੀ ਹੈਗੀ ਆ ਜਿਹੜੀ ਮਸ਼ੀਨਰੀ ਨਹੀਂ ਪ੍ਰੋਵਾਈਡ ਕਰਾ ਸਕਦੀ ਜੇਕਰ ਸਰਕਾਰ ਸਬਸਿਡੀ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਕਿਸਾਨ ਨੂੰ ਜਿਹੜਾ ਹੈਗਾ 200 ਰੁਪਏ ਪ੍ਰਤੀ ਕਟਲ ਮੁਆਵਜ਼ਾ ਦੇ ਦੇਵੇ ਤਾਂ ਤਾਂ ਕਿ ਜਿਹੜਾ ਕਿਸਾਨ ਆ ਉਹਦਾ ਸਾਮ ਸਭਾ ਕਰ ਸਕੇ ਕਿਉਂਕਿ ਸਾਨ ਨੂੰ ਜਿਹੜਾ ਹੈਗਾ ਉਹਨੂੰ ਇਸ ਮਾਹੌਲ ਚ ਭੇਜਿਆ ਜਾ ਰਿਹਾ ਠੱਕਿਆ ਜਾ ਰਿਹਾ ਤਾਂ ਕਿ ਉਹ ਜਿਹੜਾ ਹੈਗਾ ਅਗਲੋਂ ਲਈ ਮਜਬੂਰ ਹੋਵੇ ਪਰਾਲੀ ਨੂੰ ਜਦ ਕੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕਰਦੀ ਹੈ ਕਿ ਕਿਸ ਸਮੇ ਲਾਉਣੀ ਆ ਕਿਸ ਸਮੇ ਜਿਹੜੀ ਵੀ ਜਿਹੜੀ ਵੜਣੀ ਆ ਸੋ ਪਹਿਲਾਂ ਕਿਉਂ ਨਹੀਂ ਕਰਦੀ ਪਹਿਲਾਂ ਜਿਹੜੇ ਹੈਗੇ ਨੂੰ ਜਿਵੇਂ ਇਸ ਤਰ੍ਹਾਂ ਦੇ ਬਣਾਏ ਜਾਣ ਤਾਂ ਕਿ ਜਿਹੜਾ ਹੈਗਾ ਉਹ ਕਿਸਾਨ ਜਿਹੜਾ ਹੈਗਾ ਪਰਾਲੀ ਨੂੰ ਅੱਗ ਨਾਲ ਲਾਵੇ ਦਾ ਤਾਂ ਕਿਸਾਨ ਨੂੰ ਪਰਾਲੀ ਤੋਂ ਅੱਗ ਤੋਂ ਰੋਕ ਰਹਿਣ ਇੱਕ ਪਾਸੇ ਦੂਜੇ ਪਾਸੇ ਪਰਚੇ ਦਰਜ ਕਰ ਰਹੇ ਨੇ ਤੀਜੇ ਪਾਸੇ ਸਹੂਲਤਾਂ ਦੇ ਰਹੇ ਚੌਥੇ ਪਾਸੇ ਜਿਹੜਾ ਹੈਗਾ ਐਨਜੀਜੀ ਦਾ ਆਰਡਰ ਲਾਗੂ ਨਹੀਂ ਕਰ ਰਿਹਾ ਸੋ ਪੰਜਾਬ ਸਰਕਾਰ ਮੈਂ ਤਾਂ ਸਮਝਦਾਗਾ ਬਿਲਕੁਲ ਕੋਈ ਆਰਡਰ ਲਾਗੂ ਨਹੀਂ ਕਰ ਰਹੀ ਉਹ ਪੰਜਾਬ ਦੇ ਕੈਪਟਨ ਸਾਹਿਬ ਜਿਹੜੇ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਨੇ ਉਹ ਟੋਟਲ ਫੇਲ ਲੱਗੇ ਜਿਹੜਾ ਜ ਹਰੇਕ ਡਿਪਾਰਟਮੈਂਟ ਚ ਫੇਲ ਹੋ ਰਹੇ ਨੇ ਕਿ ਕਿਤੇ ਵੀ ਜਿਹੜਾ ਹੈਗਾ ਨਾ ਜਾਂ ਅਦਾਲਤਾਂ ਦੇ ਆਰਡਰ ਲਾਗੂ ਕਰ ਰਹੇ ਨੇ ਨਾ ਪੰਜਾਬ ਸਰਕਾਰ ਕੋਈ ਸਹੂਲਤਾਂ ਦੇ ਰਹੀ ਆ ਸੋ ਕਿਸਾਨ ਨੂੰ ਜਿਹੜਾ ਹੈਗਾ ਬੇਸਾਰਾ ਛੱਡਿਆ ਜਾ ਰਿਹਾ ਔਰ ਕਿਸਾਨ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਸੋ ਮੈਂ ਸਮਝਦਾ ਪੰਜਾਬ ਸਰਕਾਰ ਦੋਸ਼ੀ ਆ ਚਿਮਾ ਸਾਹਿਬ ਤੁਸੀਂ ਮੰਨਦੇ ਹੋ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਈ ਜਾ ਰਹੀ ਆ ਉਹਦਾ ਧੂਆਂ ਦਿੱਲੀ ਤੱਕ ਪਹੁੰਚ ਰਿਹਾ ਤੁਸੀਂ ਮੰਨਦੇ ਹੋ ਇਹ ਚੀਜ਼ ਦੇਖੋ ਜਿਹੜਾ ਪ੍ਰਾਰਲੀ ਨੂੰ ਅੱਗ ਲਾਈ ਜਾ ਰਹੀ ਆ ਪਾਕਿਸਤਾਨ ਦੇ ਵਿੱਚ ਵੀ ਅੱਗ ਲੱਗ ਰਹੀ ਆ ਪੰਜਾਬ ਚ ਵੀ ਲੱਗ ਰਹੀ ਆ ਹਰਿਆਣੇ ਚ ਵੀ ਲੱਗ ਰਹੀ ਆ ਯੂਪੀ ਚ ਵੀ ਲੱਗ ਰਹੀ ਆ ਉਹ ਕਿਤਨਾ ਕਿਤੇ ਜਦ ਨੂੰ ਹਵਾ ਦਾ ਰੁਖ ਹੁੰਦਾਗਾ ਜਿਹੜੇ ਪਾਸੇ ਨੂੰ ਵੀ ਹਵਾ ਦਾ ਰੁਖ ਹੁੰਦਾ ਉਸ ਪਾਸੇ ਨੂੰ ਜਿਹੜਾ ਹੈਗਾ ਉਹ ਧੂਆਂ ਚਲੇ ਜਾਂਦਾਗਾ ਪਰ ਲੇਕਿਨ ਇਹਨੂੰ ਰੋਕਣ ਦੇ ਲਈ ਨੈਸ਼ਨਲ ਗ੍ਰੀਨ ਇੰਟਰਨੈਸ਼ਨਲ ਇਹਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਇਹਨੂੰ ਰੋਕਣ ਦੇ ਲਈ ਜਿਹੜਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸ ਚਾਹੇ ਜਿਹੜਾ ਹੈਗਾ ਜੂਪੀ ਦੀ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਇਹ ਤਰਕ ਤਾਂ ਇਹ ਵੀ ਦਿੱਤਾ ਜਾਂਦਾ ਕਿ ਪੰਜਾਬ ਤੋਂ ਪਹਿਲਾਂ ਚੰਡੀਗੜ੍ਹ ਆਉਂਦਾ ਚੰਡੀਗੜ੍ਹ 'ਚ ਤਾਂ ਅਸਰ ਨਹੀਂ ਪੈਂਦਾ ਨਹੀਂ ਪੰਜਾਬ ਦੇ ਵਿੱਚ ਜਿੰਨੀ ਵੀ ਅੱਗ ਲਾਈ ਜਾਂਦੀ ਆ ਇਧਰੋਂ ਜੇ ਹਵਾ ਦਾ ਰੁੱਖ ਇਧਰੋਂ ਜਾਂਦਾ ਦਿੱਲੀ ਵੱਲੋਂ ਅਸੀਂ ਮੰਨ ਲੈਂਦੇ ਆ ਵੀ ਹਵਾ ਦੇ ਰੁੱਖਣ ਵਾਲਾ ਆਪਾਂ ਕਹਿੰਦੇ ਵੀ ਚਲੋ ਹਵਾ ਚੱਲ ਵੀ ਜਾਂਦੀ ਪਹਿਲਾਂ ਪਰ ਚੰਡੀਗੜ੍ਹ ਦੇ ਵਿੱਚ ਇਦਾਂ ਦਾ ਕੋਈ ਵੀ ਮਾਹੌਲ ਨਹੀਂ ਦੇਖਣ ਨੂੰ ਮਿਲ ਰਿਹਾ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਆਹ ਉਹ ਹਵਾ ਪੂਰੀ ਤਰ੍ਹਾਂ ਸਾਫ਼ ਹੈਗੀ ਇੱਥੇ ਪੰਜਾਬ ਦੇ ਵਿੱਚ ਅੱਗ ਤਾਂ ਹੁਣ ਵੀ ਲੱਗ ਰਹੀ ਆ ਦੇਖੋ ਪੰਜਾਬ ਦੇ ਵਿੱਚ ਤੁਸੀਂ ਜਾ ਕੇ ਦੇਖੋ ਉੱਥੇ ਜਿਹੜਾ ਹੈਗਾ ਆਬੋ ਹਵਾ ਬਿਲਕੁਲ ਕਾਫੀ ਹੱਦ ਤੱਕ ਖਰਾਬ ਹੋਈ ਹੋਈ ਹੈ ਬਹੁਤ سارے ਤੁਹਾਨੂੰ ਮਰੀਜ਼ ਦੇਖਣ ਨੂੰ ਮਿਲਣਗੇ ਬਹੁਤ سارے ਲੋਕਾਂ ਦੇ ਜਗੜੇ ਖਰਾਬ ਹੋਏ ਨੇ ਕਿ ਇਹ ਜਿਹੜੀ ਹਵਾ ਦਾ ਰੁਖ ਇਹ ਨਹੀਂ ਵੀ ਚੰਡੀਗੜ੍ਹ ਵਾਲੋਂ ਆਵੇ ਹਵਾ ਦਾ ਰੁਖ ਰਾਜਸਥਾਨ ਵੱਲ ਵੀ ਹੋ ਸਕਦਾ ਹੈ ਹਵਾ ਦਾ ਰੁਖ ਜਿਹੜਾ ਹੈਗਾ ਪਾਕਿਸਤਾਨ ਵੱਲ ਵੀ ਹੋ ਸਕਦਾ ਹੈ ਹਵਾ ਦਾ ਰੁਖ ਦਿੱਲੀ ਵੱਲ ਵੀ ਹੋ ਸਕਦਾ ਹੈ ਹਵਾ ਦਾ ਰੁਖ ਹਰਿਆਣੇ ਵੱਲ ਵੀ ਹੋ ਸਕਦਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਕਿਉਂਕਿ ਹਰਿਆਣੇ ਕਾਫੀ ਅਰਸਾ ਪਹਿਲਾਂ ਮਤਲਬ ਪੰਜਾਬ ਤੋਂ 10-15 ਦਿਨ ਪਹਿਲਾਂ ਜਿਹੜਾ ਝੋਨੇ ਦੀ ਕਟਾਈ ਦਾ ਸੀਜ਼ਨ ਹੁੰਦਾ ਇਥੋਂ ਆਇਆਗਾ ਪਰ ਦਿੱਲੀ ਤਾਂ ਦਿੱਲੀ ਦੇ ਵਿੱਚ ਜਿਹੜੀ ਤੁਹਾਡੀ ਪਾਰਟੀ ਵਿਰੋਧ ਕਰ ਰਹੀ ਹੈ ਉਹ ਤਾਂ ਪੰਜਾਬ ਤੇ ਵੀ ਇਲਜ਼ਾਮ ਲਗਾ ਰਹੀ ਹੈ ਪੰਜਾਬ ਨੂੰ ਵੀ ਨਿਸ਼ਾਨੇ ਤੇ ਲਿਆ ਹੋਇਆ ਉਹਨਾਂ ਨੇ ਸਾਡੀ ਸਰਕਾਰ ਕਹ ਰਹੀ ਹੈ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਨੂੰ ਦੋਸ਼ ਦੇ ਰਹੀ ਪੰਜਾਬ ਸਰਕਾਰ ਨੂੰ ਦੇ ਰਹੀ ਹੈ ਪੰਜਾਬ ਸਰਕਾਰ ਜਾਣ ਬੁੱਝ ਕੇ ਜਿਹੜੀ ਹੈਗੀ ਆ ਨਾ ਆਪਦੀ ਜਿਹੜੀ ਆ ਆਰਡਰ ਲਾਗੂ ਨਹੀਂ ਕਰ ਰਹੀ ਪੰਜਾਬ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਮਜਬੂਰ ਕਰ ਰਹੀ ਆ ਇੱਕ ਪਾਸੇ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਦੂਜੇ ਪਾਸੇ ਕਿਸਾਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਫਾਈਨ ਇੰਪੋਜ਼ ਕਰ ਰਹੀ ਆ ਉਹਨਾਂ ਤੇ ਜਿਹੜੀ ਆ ਪਰਚੇ ਦਰਜ ਕਰ ਰਹੀ ਆ ਇਹ ਪੰਜਾਬ ਸਰਕਾਰ ਦੋਸ਼ੀ ਆ ਕਿਉਂਕਿ ਪੰਜਾਬ ਸਰਕਾਰ ਨੇ ਆਪਦੀ ਖੇਤੀ ਦੀ ਕੋਈ ਨੀਤੀ ਨਹੀਂ ਹੈਗੀ ਪੰਜਾਬ ਸਰਕਾਰ ਖੇਤੀ ਦੀ ਨੀਤੀ ਬਣਾਵੇ ਫਿਰ ਜਾ ਕੇ ਕਿਸਾਨ ਨੂੰ ਦੋਸ਼ੀ ਕਹੇ ਸੋ ਆਮ ਆਦਮੀ ਪਾਰਟੀ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਦੋਸ਼ੀ ਕਿ ਕਿਉਂ ਨਹੀਂ ਲਾਗੂ ਕਰਦੀਆਂ ਸਰਕਾਰਾਂ ਕਿਉਂ ਨਹੀਂ ਲਾਗੂ ਕਰਦੀਆਂ ਆਰਡਰ ਇਹਦਾ ਮਤਲਬ ਹੈ ਜੇ ਸਰਕਾਰਾਂ ਜਾਣਬੁੱਝ ਕੇ ਲਾਗੂ ਨਹੀਂ ਕਰਦੀਆਂ ਜਾਣਬੁੱਝ ਕੇ ਜਿਹੜਾ ਹੈਗਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੀਆਂ ਜਾਂ ਕਿਸਾਨ ਜਿਹੜੀਆਂ ਜਾਣਬੁੱਝ ਕੇ ਮਸ਼ੀਨਰੀ ਪ੍ਰੋਵਾਈਡ ਨਹੀਂ ਕਰ ਰਹੀਆਂ ਸੋ ਇੱਥੇ ਸਰਕਾਰਾਂ ਦੋਸ਼ੀ ਨੇ ਜੀ ਚਿਮਮਾ ਸਾਹਿਬ ਹੁਣ ਦੂਜੇ ਪਾਸੇ ਮੁੱਦੇ ਦੀ ਗੱਲ ਕਰ ਲਈਏ ਇਸ ਵਕਤ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਰਾਜਕੇ ਸਿਆਸਤ ਹੋ ਰਹੀ ਹੈ ਜਿੱਥੇ ਸਿਆਸਤ ਨਹੀਂ ਹੋਣੀ ਚਾਹੀਦੀ ਅਸੀਂ ਕਹਿੰਦੇ ਹਾਂ ਪਰ ਫਿਰ ਵੀ ਇਸ ਵੇਲੇ ਰਾਜਕੇ ਸਿਆਸਤ ਹੋ ਰਹੀ ਹੈ ਸਿਆਸਤ ਇੱਕ ਵੱਡਾ ਵੱਡੀ ਚੀਜ਼ ਜੇ ਵੀ ਸਾਹਮਣੇ ਆਈ ਹੈ ਕਿ ਹੁਣ ਮੰਤਰੀਆਂ ਅਤੇ ਜਿਹੜੇ ਵਿਧਾਇਕਾਂ ਨੇ ਵਿਧਾਇਕ ਨੇ ਉਹਨਾਂ ਨੂੰ ਵੀ ਪਾਕਿਸਤਾਨ ਜਾਣ ਦੀ ਪਰਮਿਸ਼ਨ ਹੀ ਮਿਲ ਰਹੀ ਕੇਂਦਰ ਸਰਕਾਰ ਤੋਂ ਇਸ ਕਦਮ ਨੂੰ ਤੁਸੀਂ ਕਿਤਾ ਦੇਖਦੇ ਕੀ ਫੰਡਾ ਲੱਗਦਾ ਹੈ ਇਹਦੇ ਪਿੱਛੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਇਹ ਦੇਖ ਰਹੀ ਹੈ ਕਿ ਕੌਣ ਸਿੱਖਾ ਕੌਣ ਸਿੱਖ ਨਹੀਂ ਕੌਣ ਜਿਹੜਾ ਹੈਗਾ ਅਕਾਲੀ ਦਲ ਨੂੰ ਮੰਨਦਾਗਾ ਕੌਣ ਅਕਾਲੀ ਦਲ ਨੂੰ ਨਹੀਂ ਮੰਨਦਾ ਸੋ ਇਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬਹੁਤ ਨਿੰਦਣਯੋਗ ਗੱਲ ਆ ਕਿ ਸ਼੍ਰੋਮਣੀ ਕਾਲੀ ਦਲ ਐਸਜੀਪੀਸੀ ਭਾਜਪਾ ਡਿਸਾਈਡ ਕਰ ਰਹੀ ਆ ਕਿ ਕਿਹੜਾ ਬੰਦਾ ਜਾਊਗਾ ਕਿਹੜਾ ਬੰਦਾ ਜਾ ਕੇ ਨਾ ਤਮਸ ਕੋ ਹੋ ਕੇ ਆਊ ਕਿਹੜਾ ਨਹੀਂ ਜਾਊਗਾ ਸੋ ਬਹੁਤ ਮਾੜੀ ਰਾਜਨੀਤੀ ਜਿਹੜੀ ਹੋ ਰਹੀ ਆ ਇਹ ਦੂ ਇਹ ਨਿੰਦਣਯੋਗ ਆ ਸੋ ਸਾਰਿਆਂ ਨੂੰ ਚਾਹੀਦਾ ਸੀ ਇਕੱਠੇ ਹੋ ਕੇ ਗੁਰਪੁਰਬ ਬਣਾਉਂਦੇ ਇਕੱਠੇ ਹੋ ਕੇ ਗੁਰਨਾਨਕ ਦੇਵ ਜੀ ਦੇ ਸਖਿਆਮਾਂ ਨੂੰ ਸਾਂਝੀਆਂ ਕਰਦੇ ਇਕੱਠੇ ਹੋ ਕੇ ਉਹਨਾਂ ਦੇ ਸਖਿਆਮਾਂ ਨੂੰ ਲੋਕਾਂ ਚ ਲੈ ਕੇ ਜਾਂਦੇ ਪਰ ਰਾਜਨੀਤੀ ਹੋ ਰਹੀ ਆ ਇਹ ਬਹੁਤ ਹੀ ਮਾੜੀ ਆ ਜਿੰਨੀ ਇਹਦੀ ਨਿੰਦਾ ਕਰਨੀ ਚਾਹੀਦੀ ਉਹਨੀ ਨਿੰਦਾ ਹੋਣੀ ਚਾਹੀਦੀ ਆ ਕਿਉਂਕਿ ਐ ਮਹਿਸੂਸ ਕਰ ਰਿਹਾ 100% ਜੁੜਿਆ ਉਹਦੀ ਦੁਰਵਰਤੋਂ ਕਰ ਰਿਹਾ ਉਹ ਹਰੇਕ ਮਸਲੇ ਚ ਚਾਹੇ ਸਾਂਝੀ ਸਟੇਜ ਲਾਉਣ ਦੀ ਗੱਲ ਹੋਵੇ ਚਾਹੇ ਜਿਹੜਾ ਮੈਂ ਸਮਝਦਾ ਅਕਾਲ ਤਖਤ ਦਾ ਜਥੇਦਾਰ ਸਾਹਿਬ ਨੇ ਉਹ ਸੰਦੇਸ਼ ਦੇਣ ਦੀ ਗੱਲ ਹੋਵੇ ਸੋ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਗੁਰੂ ਸੀ ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀਗਾ ਮੈਂ ਸਮਝਦਾ ਅੱਜ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜੀ ਪੀਸ ਜਿਹੜੀ ਹੈਗੀ ਆ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਨਹੀਂ ਚੱਲ ਰਹੀ ਉਹਨਾਂ ਦੇ ਉਲਟ ਚੱਲ ਰਹੀ ਆ ਜੀ ਅਸੀਂ ਇਸ ਪੁਰਮ ਹਾਲ ਦੀ ਗੱਲ ਕਰੀਏ ਦ ਇੱਕੋ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਉਹ ਸਟੇਜ ਤੋਂ ਜਾਵੇ ਹੁਣ ਦੋ ਸਟੇਜਾਂ ਲੱਗ ਰਹੀਆਂ ਨੇ ਤੇ ਵਕ ਵਕ ਤਕਰੀਰਾਂ ਵੀ ਹੋਣਗੀਆਂ ਸਟੇਜਾਂ ਤੋਂ ਚਿਮਨਾ ਸਾਹਿਬ ਕੀ ਸੰਦੇਸ਼ ਜਾਊਗਾ ਪੂਰੇ ਸਮਾਜ ਦੇ ਵਿੱਚ ਤੁਹਾਡੇ ਸਾਹਮਣੇ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਇਤਿਹਾਸਿਕ ਹੋਣ ਜਾ ਰਿਹਾ 550 ਸਾਲਾਂ ਦੁਆਰਾ ਨਹੀਂ ਹੋਣਾ ਤੇ ਕੀ ਲੱਗਦਾ ਕੀ ਸੁਨੇਹਾ ਜਾਊਗਾ ਦੇਖੋ ਮੈਂ ਸਮਝਦਾ ਕਿ ਇਹ ਬਹੁਤ ਮਾੜਾ ਸੰਦੇਸ਼ ਜਾਊਗਾ ਇਹ ਹਜੇ ਵੀ ਨਹੀਂ ਹੋਣਾ ਚਾਹੀਦਾ ਹਜੇ ਵੀ ਟਾਈਮ ਬਾਕੀ ਪਿਆ ਹੈਗਾ ਹਜੇ ਵੀ ਸਾਰਿਆਂ ਨੂੰ ਇਕੱਠ ਹੋਣਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹ ਕੋਈ ਸਿਆਸੀ ਨਹੀਂ ਹੈਗਾ ਸਸਦ ਦੇ ਵਿੱਚ ਬਾਹਰ ਆ ਕੇ ਜਿਹੜਾ ਹੈਗਾ ਆਪਣੀ ਸਟੇਜਾਂ ਲਾ ਕੇ ਲੜ ਲੈਣਾ ਆਪਣੀਆਂ ਗੱਲਾਂ ਕਰ ਲੈਣਾ ਔਰ ਉਹਨਾਂ ਸਟੇਜਾਂ ਦੇ ਉੱਤੋਂ ਮੈਂ ਸਮਝਦਾ ਕੋਈ ਸਿਆਸਤ ਬਾਰੇ ਗੱਲਬਾਤ ਨਹੀਂ ਹੋਣੀ ਚਾਹੀਦੀ ਉੱਥੇ ਸਿਰਫ ਵਿਦਵਾਨ ਬੁਲਾਏ ਜਾਣਾ ਚਾਹੀਦੇ ਨੇ ਉਹ ਵਿਦਵਾਨਾਂ ਤੋਂ ਜਿਹੜਾ ਹੈਗਾ ਸਿੱਖ ਜਗਤ ਨੂੰ ਸਿੱਖ ਨਾਮ ਲੈਵਾ ਨੂੰ ਗੁਰੂ ਨਾਨਕ ਨਾਮ ਲੈਵਾ ਨੂੰ ਜਿਹੜੇ ਵੀ ਗੁਰਨਾਨਕ ਨੂੰ ਮੰਨਣ ਵਾਲੇ ਪੈਰੋਕਾਰ ਨੇ ਉਹਨਾਂ ਦੀ ਗੱਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਔਰ ਪੰਜਾਬ ਸਰਕਾਰ ਇਹਨਾਂ ਦਾ ਜਿਹੜਾ ਬਿਹੇਵੀਅਰ ਬਹੁਤ ਮਾੜਾ ਗਣਿੰਦਨਯੋਗ ਆ ਸਾਰੀਆਂ ਪਾਰਟੀਆਂ ਨੂੰ ਆਪਣੀ ਪਾਰਟੀਵਾਦੀ ਪਿੱਛੇ ਰੱਖ ਕੇ ਇਕੱਠੇ ਹੋ ਕੇ ਗੁਰਪੁਰਬ ਮਨਾਉਣਾ ਚਾਹੀਦਾ ਕਿਉਂਕਿ 550 ਸਾਲਾਂ ਬਾਅਦ ਆਇਆ ਸ਼ਾਇਦ ਜਿਹੜੀ ਅੱਜ ਪੀੜੀ ਮਨਾ ਰਹੀ ਆ ਸ਼ਾਇਦ ਅਗਲੀ ਵਾਰ ਇਸ ਪੀੜੀ ਦਾ ਕੋਈ ਨਾਮ ਬੰਦਾ ਬਚੇ ਸੋ ਮੈਂ ਸਮਝਦਾ ਇਹਨਾਂ ਨੂੰ ਅੱਛਾ ਸੰਦੇਸ਼ ਦੇਣਾ ਚਾਹੀਦਾ ਜੀ ਮਾ ਸਰ ਕੀ ਲੱਗਦਾ ਜੇ ਅਕਾਲੀ ਦਲ ਦੀ ਪੰਜਾਬ ਚ ਸਰਕਾਰ ਹੁੰਦੀ ਤਾਂ ਇੱਕੋ ਸਟੇਜ ਲੱਗਦੀ ਜੇ ਕਾਲੀਦਲ ਦੀ ਸਰਕਾਰ ਉਹਦੀ ਸਮੇ ਮੈਂ ਸਮਝਦਾਗਾ ਉਹ ਉਸ ਸਮੇ ਜਿਹੜਾ ਹੈਗਾ ਕਾਂਗਰਸ ਪਾਰਟੀ ਦੀ ਸੈਂਟਰ ਸਰਕਾਰ ਉਹਦੀ ਫਿਰ ਵੀ ਦੋ ਲਗਣੀ ਅਸੀਂ ਆ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾ ਅਸੀਂ ਧਰਮ ਨੂੰ ਧਰਮ ਨੂੰ ਵਰਤ ਕੇ ਜਿਹੜਾ ਹੈ ਸਰਕਾਰ ਚਲਾਉਂਦੀਆਂ ਨੇ ਨਹੀਂ ਹੋਣਾ ਚਾਹੀਦਾ ਪਰ ਮੈਂ ਅੱਜ ਵੀ ਅਪੀਲ ਕਰਦਾ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਅਪੀਲ ਕਰਦਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਅਪੀਲ ਕਰਦਾ ਕਿ ਆਪਣੀ ਸਿਆਸੀ ਹੰਕੜਵਾਜੀ ਪਿੱਛੇ ਰੱਖ ਕੇ ਆਪਣੀ ਜਿਹੜੀ ਸਿਆਸੀ ਪਹੁੰਚ ਨੂੰ ਪਿੱਛੇ ਰੱਖ ਕੇ ਇਕੱਠੇ ਹੋ ਕੇ ਮਨਾਓ ਉਹਦੇ ਲਈ ਕੋਈ ਵੀ ਇੱਕ ਵੀ ਵਿਅਕਤੀ ਜਿਹੜਾ ਹੈਗਾ ਉਹਦੀ ਪ੍ਰਧਾਨਗੀ ਕਰ ਜਿਹੇ ਵਿਅਕਤੀ ਨੂੰ ਚੁਣ ਲਓ ਜਿਹੜਾ ਧਾਰਮਿਕ ਸੰਦੇਸ਼ ਦਿੰਦਾ ਹੋਵੇ ਜਿਹੜਾ ਪਾਰਟੀ ਵਿੱਚ ਕਿਛ ਨਾ ਆਉਂਦਾ ਹੋਵੇ ਸੋ ਮੈਂ ਕਹਿੰਦਾ ਵੀ ਇਹ ਇਕੱਠੇ ਤੌਰ ਤੇ ਮਨਾਉਣਾ ਚਾਹੀਦਾ ਮਾਨ ਸਾਹਿਬ ਐਸਜੀਪੀਸੀ ਨੇ ਅਕਲ ਅਲੱਗ ਸਟੇਜ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਬਣ ਰਹੀ ਹੈ ਇਸ ਵੇਲੇ ਸਾਡੀ ਟੀਮ ਉੱਥੇ ਜਾ ਕੇ ਆਈ ਸੁਲਤਾਨਪੁਰ ਲੋਧੀ ਦੇ ਵਿੱਚ ਸਰਕਾਰ ਨੇ ਆਪਣੀ ਸਟੇਜ ਲਾ ਲਈ ਹੈ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਪੈਸੇ ਦਾ ਸੰਗਤ ਦੇ ਪੈਸੇ ਦਾ ਦੁਰਵਰਤੋਂ ਆਪਾਂ ਕਹਿ ਸਕਦੇ ਹਾਂ ਹੋ ਰਹੀ ਹੈ ਸਾਹਿਬ ਦੇਖੋ ਜੇਕਰ ਦੋਸਤ ਸਟੇਜਾਂ ਲੱਗ ਰਹੀਆਂ ਨੇ ਤਾਂ ਮੈਂ ਸਮਝਦਾ ਸੰਗਤ ਦੇ ਪੈਸੇ ਦਾ ਦੁਰਉਪਯੋਗ ਹੋ ਰਿਹਾਗਾ ਇਹ ਨਹੀਂ ਹੋਣਾ ਚਾਹੀ ਧਾਰਮਿਕ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਸਾਰੀਆਂ ਸੰਗਤਾਂ ਜਾਣ ਨਤਮਸਕ ਹੋ ਕੇ ਆਉਣ ਔਰ ਜਿੰਨਾ ਪੈਸਾ ਖਰਚਿਆ ਜਾ ਰਿਹਾ ਸਾਰਾ ਪੈਸਾ ਸਕੂਲਾਂ ਤੇ ਇਹ ਸਾਰਾ ਪੈਸਾ ਹਸਪੀਟਲਾਂ ਤੇ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਹਾਲਤ ਬਹੁਤ ਮਾੜੀ ਆ ਪੰਜਾਬ ਦੇ ਵਿੱਚ ਹੈਲਥ ਸਰਵਿਸ ਦੀ ਬਹੁਤ ਮਾੜੀ ਹਾਲਤ ਆ ਗੁਰਨਾਨਕ ਦੇਵ ਜੀ ਨੇ ਇਹ ਸੰਦੇਸ਼ ਦਿੱਤਾ ਸੀ ਮੈਂ ਸਮਝਦਾ ਉਹ ਲਾਗੂ ਤਾਂ ਹੋਊਗਾ ਜੇਕਰ ਆਪਾਂ ਲੋਕਾਂ ਨੂੰ ਪੜ੍ਹਾਵਾਂਗੇ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਆਪਣੇ ਭਵਿੱਖ ਨੂੰ ਪੜ੍ਹਾਵਾਂਗੇ ਜੇਕਰ ਆਪਾਂ ਆਪਣੇ ਮਾਤਾ ਪਿਤਾ ਆਪਣੇ ਜਿਹੜੇ ਦੋ ਸਾਥੀ ਨੇਗੇ ਉਹਨਾਂ ਦੀ ਜਿਹੜੀਆਂ ਮੁਫਤ ਜਿਹੜੀਆਂ ਮ ਵਾਲਚੀ ਮਾ ਸਾਹਿਬ ਨਵਜੋਤ ਸਿੰਘ ਸਿੱਧੂ ਜਿਹਨਾਂ ਨੂੰ ਹੀਰੋ ਮੰਨਿਆ ਗਿਆ ਸੀਗਾ ਉਸ ਟਾਈਮ ਉਧਰੋਂ ਸਭ ਤੋਂ ਪਹਿਲਾਂ ਸੁਨੇਹਾ ਨਵਜੋਤ ਸਿੰਘ ਸਿੱਧੂ ਲੈ ਕੇ ਆਏ ਸੀ ਕਿ ਪਾਕਿਸਤਾਨ ਆਪਣੇ ਵੱਲੋਂ ਕਰਤਾਰਪੁਰ ਕੋਰੀਡੋਰ ਖੋਲਣ ਜਾ ਰਿਹਾ ਉਹਨਾਂ ਦੀ ਜਫੀ ਨੂੰ ਲੈ ਕੇ ਬੜੇ ਵਿਵਾਦ ਹੋਏ ਸੀ ਉਹਨਾਂ ਸਿੱਧੂ ਕਿਤੇ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪਾਕਿਸਤਾਨ ਵੱਲੋਂ ਸੁਨੇਹਾ ਦੇ ਦਿੱਤਾ ਗਿਆ ਉਹਨਾਂ ਨੂੰ ਸੱਦਾ ਭੇਜ ਦਿੱਤਾ ਗਿਆ ਤੇ ਇਧਰੋਂ ਸਰਕਾਰ ਵੀ ਕਰ ਲੈ ਗਿਆ ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪਿੱਛੇ ਕਰਨ ਦੀ ਜਿਹੜੀ ਰਾਜਨੀਤੀ ਹੋਈ ਪੂਰੇ ਪੰਜਾਬ ਦੇ ਵਿੱਚ ਤੁਸੀਂ ਵੀ ਲੰਮਾ ਸਮਾਂ ਨਜ਼ਰ ਰੱਖੀ ਹੋਣੀ ਆ ਕਿ ਉਹ ਜਿਹੜੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ ਲੱਗਦਾ ਤੁਹਾਨੂੰ ਸਫਲ ਹੋਗੇ ਬੰਦੇ ਦੇਖੋ ਜਦੋਂ ਪਾਕਿਸਤਾਨ ਦੇ ਵਿੱਚ Imran Khan ਜੀ ਨੇ ਸੌਂ ਚੁੱਕੀ ਸੀ ਉਸ ਸਮੇਂ ਨਵਜੋਤ ਸਿੰਘ ਸਿੱਧੂ ਗਏ ਸੀਗੇ ਉਤੋਂ ਕਰਤਾਰਪੁਰ ਕरिडोर ਦੇ ਜਿਹੜੀ ਮੁੱਢ ਬੰਨੇ ਸੀ ਸ਼ੁਰੂਆਤ ਹੋਈ 70 72 ਸਾਲ ਤੋਂ ਅਰਦਾਸ ਕਰ ਰਹੇ ਸੀ ਕਿ ਉਹ ਪੂਰੀ ਹੋਈ ਸੀ ਕਿ ਔਰ ਉਸ ਜਿਹੜੀ ਅਰਦਾਸ ਪੂਰੀ ਹੋਈ ਸੀ ਕਰਤਾਰਪੁਰ ਕੋਰੀਡੋਰ ਬਣਿਆ ਮੈਂ ਸਮਝਦਾ ਉਸ ਸਮੇਂ ਜਿਹੜੀ ਸਿਆਸਤ ਹੋਣ ਲੱਗੀ ਸੀ ਇਹ ਬਹੁਤ ਮੈਂ ਬਾਰ ਬਾਰ ਕਹਿ ਰਿਹਾ ਬਹੁਤ ਮਾੜੀ ਗੱਲ ਆ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਚਾਹੇ ਨਵਜੋਤ ਸਿੰਘ ਸਿੱਧੂ ਨੇ ਜਾਂ ਕੋਈ ਹੋਰ ਨੇ ਸਾਰਿਆਂ ਦੇ ਵਿੱਚ ਗੁਰੂ ਸਾਹਿਬਾਨ ਦੇ ਅੱਗੇ ਜਿਹੜੀ ਸਾਡੀ ਅਰਦਾਸ ਸੀ ਸਿੱਖ ਸੰਗਤ ਦੀ ਅਰਦਾਸ ਸੀ ਗੁਰਨਾਨਕ ਨਾਮਲੇਵਾ ਦੀ ਅਰਦਾਸ ਸੀ ਕਿ ਸਾਨੂੰ ਉਹਨਾਂ ਨੂੰ ਗੁਰਦੁਆਰਾ ਦਰਸ਼ਨ ਹੋਣੇ ਚਾਹੀਦੇ ਅੱਜ ਦਰਸ਼ਨ ਹੋਣ ਲੱਗੇ ਨੇਗੇ ਸੋ ਉੱਥੇ ਵੀ ਅੱਜ ਦੀ ਮਾੜੀ ਸਿਆਸਤ ਕਰ ਰਹੇ ਨੇ ਅੱਜ ਦੀ ਜ ਤਤ ਮੈਂ ਸਮਝਦਾ ਕਿ ਉਹਨਾਂ ਦਾ ਸਨਮਾਨ ਹੋਊਗਾ ਤੇ ਦੇ ਵਿੱਚ ਕਿਸੇ ਨੂੰ ਕੀ ਉਹ ਖਾਈ ਦੀ ਗੱਲ ਆ ਕਿਉਂ ਕਿਸੇ ਦੇ ਢੱਟ ਪੀੜ ਹੁੰਦੀ ਜਾਗੀ ਸੋ ਜਿਹੜਾ ਵੀ ਵਿਅਕਤੀ ਸਿਹਰ ਤੇ ਢੰਗ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਐਫਰਟ ਕਰ ਰਿਹਾ ਯੋਗਦਾਨ ਪਾ ਰਿਹਾ ਤਾਂ ਸਭ ਦਾ ਸਨਮਾਨ ਹੋਣਾ ਚਾਹੀਦਾ ਜੀ ਸੋ ਇਸਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕਰਤਾਰਪੁਰ ਨੂੰ ਲੈ ਕੇ ਜਿਹੜੀ ਰਾਜਨੀਤੀ ਹੋ ਰਹੀ ਆ ਉਹ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਪਰ ਦੂਸ਼ਣ ਦੇ ਮਸਲੇ ਤੇ ਵੀ ਬੋਲੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਖਿਲਾਫ ਨਹੀਂ ਬਲਕਿ ਪੰਜਾਬ ਦੀ ਸਰਕਾਰ ਦੇ ਖਿਲਾਫ ਅਤੇ ਹਰਿਆਣਾ ਦੀ ਸਰਕਾਰ ਦੇ ਖਿਲਾਫ ਆਪਣੀ ਰੋਸ ਪ੍ਰਗਟਾ ਰਹੀ ਹੈ ਕਿਉਂਕਿ ਇਹਨਾਂ ਦੇ ਵੱਲੋਂ ਜਿਹੜੀਆਂ ਬਣਦੀਆਂ ਹਦਾਇਤਾਂ ਸੀ ਜੋ ਐਨਜੀਟੀ ਨੇ ਦਿੱਤੀਆਂ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹ ਨਹੀਂ ਪੂਰੀਆਂ ਕੀਤੀਆਂ ਗਈਆਂ ਤੇ ਇਸੇ ਕਰਕੇ ਹੀ ਵਿਰੋਧ ਪ੍ਰਗਟ ਕਰ ਰਹੇ ਨੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਰਾਜਨੀਤੀ ਜਿਨ੍ਹਾਂ ਮੁੱਦਿਆਂ ਤੇ ਨਹੀਂ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਮੁੱਦਿਆਂ ਤੇ ਕਰਨੀ ਚਾਹੀਦੀ ਹੈ ਉਹ ਮੁੱਦੇ ਹੋਰ ਹੋਣੇ ਚਾਹੀਦੇ ਨੇ ਵੱਖ ਹੋਣੇ ਚਾਹੀਦੇ ਨੇ ਸਹਿਯੋਗੀ ਦਲਵੀਰ ਦੇ ਨਾਲ ਹਰਦੀਪ ਸਿੰਘ ਪੋਗਲ ਸਪੋਕਸਮੈਨ ਟੀਵੀ ਚੰਡੀਗੜ੍ਹ